ਪਰਮ ਸਤਿਕਾਰਯੋਗ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਭਜਨ ਬਾਣੀ ਵੱਲ ਲੱਗੀ, ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰਾ ਸੁੱਖ, ਬੜੀਆਂ ਤਬਦੀਲੀਆਂ, ਬੜਾ ਸਮਾਂ ਦੇਖਿਆ। ਹਾਜ਼ਰਾ ਹਜ਼ੂਰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਕਿਰਪਾ ਨਾਲ ਜਿਉਂਦੇ ਜਾਗਦੇ ਖੁਸ਼ੀਆਂ ਮਾਣਦੇ ਸਾਰੀ ਸਾਧ ਸੰਗਤ ਜੀ, ਉਹ ਸਾਰੇ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ। ਕਦੇ ਕਦੇ ਬਹੁਤ ਸਾਰਿਆਂ ਦੇ ਜੀਵਨ ਵਿੱਚ ਕਰਾਮਾਤਾਂ ਹੀ ਵਾਪਰਦੀਆਂ ਨੇ। ਬਹੁਤ ਸਾਰੀ ਗੱਲ ਦੀ ਇੱਕ ਬਹਿਸ ਹੁੰਦੀ ਹੈ ਕਿ ਸਿੱਖੀ ਦੇ ਵਿੱਚ ਕਰਾਮਾਤਾਂ ਨਹੀਂ ਹਨ, ਪਰ ਪੰਨੂ ਸਾਹਿਬ ਦੇ ਕਹਿਣ 'ਤੇ ਕਰਾਮਾਤਾਂ ਹਨ। ਕਰਾਮਾਤ ਹਰ ਰੋਜ਼ ਹੀ ਵਾਪਰਦੀ ਹੈ। ਇਹ ਸਾਹ ਅੰਦਰ ਆਉਂਦਾ ਹੈ, ਜਾਂਦਾ ਹੈ, ਇਹ ਕਰਾਮਾਤ ਹੀ ਹੈ। ਅੱਖਾਂ ਦੇਖਦੀਆਂ ਨੇ, ਇਹ ਕਰਾਮਾਤ ਹੀ ਹੈ। ਸਰੀਰ ਠੀਕ ਤੁਰਿਆ ਤੁਰਿਆ ਆਉਂਦਾ, ਇਹ ਕਰਾਮਾਤ ਹੀ ਹੈ। ਪਰ ਇਹ ਵਿਗੜ ਜਾਂਦਾ ਤਾਂ ਇਹ ਫਿਰ ਇਹ ਕਰਾਮਾਤ ਹੀ ਵਾਪਰਦੀ ਹੈ। ਕਰਮ ਜਾਗਦਾ ਹੈ। ਜਿਹੜਾ ਦਿਨ, ਜਿਹੜਾ ਸਮਾਂ ਸੌਖਾ ਲੰਘ ਜਾਂਦਾ ਹੈ, ਉਹ ਸਤਿਗੁਰੂ ਦੀ ਕਿਰਪਾ ਨਾਲ ਲੰਘਦਾ ਹੈ। ਜਿਹਦੇ 'ਚ ਕਸ਼ਟ ਆਉਂਦਾ, ਉਹ ਸਾਡਾ ਆਪਣਾ ਕਰਮ ਹੁੰਦਾ ਹੈ ਕਿ ਅਸੀਂ ਉਸ ਕਰਮ ਦਾ ਭੁਗਤਾਨ ਕਰਦੇ ਹਾਂ। 12ਵਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਬਾਣੀ ਹੈ, ਉਹਦੇ ਇੱਕ ਮਹੀਨੇ 'ਚ ਇਹ ਲਿਖਿਆ ਹੈ, ਜਿਸਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਦੇਵੇ ਸਤਿਗੁਰੂ ਅਤੇ ਦਇਆ ਕਰਕੇ ਦੇਵੇ। ਆਪਾਂ ਕਿਸੇ ਨੂੰ ਇੱਕ ਚੀਜ਼ ਦਿੰਦੇ ਹਾਂ, ਉਹਨੂੰ ਕਹਿੰਦੇ ਹਾਂ ਆ ਲਓ ਹੀਰਾ ਸਿੰਘ ਜੀ, ਆ ਫੜ ਤੈਨੂੰ ਦਿੱਤੀ। ਇੱਕ ਦਿਨ ਹੀਰਾ ਸਿੰਘ ਜੀ ਉਰੇ ਆਓ, ਆ ਮੈਂ ਤੁਹਾਨੂੰ ਬੜੇ ਪਿਆਰ ਨਾਲ ਸਤਿਕਾਰ ਨਾਲ ਤੁਹਾਡੇ ਵਾਸਤੇ ਲਿਆਇਆ, ਇਹ ਚੀਜ਼ ਲੈ ਲਓ, ਇਹਨੂੰ ਵਰਤਿਆ ਜੇ ਠੀਕ ਤਰ੍ਹਾਂ। ਦੋਨਾਂ ਸ਼ਬਦਾਂ 'ਚ ਫਰਕ ਆ ਗਿਆ। ਸਤਿਗੁਰੂ ਜੀ ਦੇਣ ਅਤੇ ਦਇਆ ਕਰਕੇ ਦੇਣ। ਮਾਇਆ ਪਦਾਰਥ, ਸਿਹਤ, ਔਲਾਦ, ਕਾਰੋਬਾਰ, ਆਰਥ ਪਰਮਾਰਥ, ਭਜਨ ਬੰਦਗੀ, ਮੁਕਤੀ, ਦੁਆਰ, ਦਰਸ਼ਨ, ਇਹ ਦੇਣ ਤਾਂ ਦਇਆ ਕਰਕੇ ਦੇਣ, ਉਹਨਾਂ ਦੇ ਚੇਤੇ 'ਚ ਰਹੀਏ। ਸਤਿਗੁਰੂ ਰਾਮ ਸਿੰਘ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਆਪਾਂ ਸਾਰੇ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਨਾ ਵਿਸਰੀ ਨਾ ਵਿਸਾਰੀ। ਜਿਹੜੇ ਉਡੈ ਊੜ ਆਵੈ ਸਹਿ ਕੋਸਾ ਤਿਸ ਪਾਤਸ਼ਾਹ ਬਚਰੇ ਛਰਿਆ ਰੇ, ਉਹ ਜਿਹੜੀ ਇੱਕ ਕਥਾ ਹੈ ਜਾਂ ਉਹ ਇੱਕ ਗੁਰਬਾਣੀ ਦਾ ਇੱਕ ਪ੍ਰਮਾਣ ਹੈ ਕਿ ਕੂੰਜਾਂ ਜਿਹੜੀਆਂ ਨੇ ਖਾੜੀ ਫਾਰਸ ਤੋਂ ਉੱਡ ਕੇ ਆਪਣੇ ਬੱਚੇ ਆਂਡੇ ਦੇ ਕੇ ਉੱਥੇ ਆਉਂਦੀਆਂ ਨੇ ਅਤੇ ਉਹਨਾਂ ਦਾ ਇੱਥੇ ਆ ਕੇ ਧਿਆਨ ਕਰਦੀਆਂ ਨੇ ਅਤੇ ਉਹ ਬੱਚੇ ਉੱਥੇ ਪਲਦੇ ਨੇ, ਅਤੇ ਉਹ ਉਹਨਾਂ ਨੂੰ ਕੌਣ ਖਿਲਾਉਂਦਾ, ਕੌਣ ਉਹਨਾਂ ਨੂੰ ਚੋਗਾ ਚੁਗਾਉਂਦਾ, ਇਹ ਫਿਰ ਸਤਿਗੁਰੂ ਹੀ ਜਾਣਦਾ। ਅਤੇ ਕਿਉਂਕਿ ਨਾ ਸੱਚੇ ਪਾਤਸ਼ਾਹ ਵਿਸਰਨ, ਅਤੇ ਅਰਦਾਸ ਇਹੀ ਹੈ ਕਿ ਸੱਚੇ ਪਾਤਸ਼ਾਹ ਵਿਸਾਰਿਓ ਨਾ। ਅੱਜ ਆਪਾਂ ਇਹ ਗੁਰਸਾਖੀ ਪੋਥੀ ਦੀ ਇੱਕ ਕਥਾ, ਜਾ ਤੇਰਾ ਬੰਦਾ, ਉਹ ਅੱਜ ਕੁਦਰਤੀ ਖੋਲ੍ਹੀ ਹੈ ਤਾਂ ਉਹ ਆਈ ਹੈ। ਇਹਦੇ ਵਿੱਚ ਇੱਕ ਐਸੇ ਸੱਜਣ ਦਾ ਜ਼ਿਕਰ ਆਏਗਾ ਜਿਨ੍ਹਾਂ ਦੇ ਤੁਸਾਂ ਵੀ ਕਦੇ ਨਾ ਕਦੇ ਦਰਸ਼ਨ ਮੇਲਾ ਕੀਤਾ ਹੈ। ਭੈਣੀ ਸਾਹਿਬ ਦੇ ਵਿੱਚ ਜਦੋਂ ਸੰਗੀਤ ਸੰਮੇਲਨ ਹੁੰਦਾ ਤਾਂ ਉੱਥੇ ਇੱਕ
ਆਖਿਆ ਜਾਂਦਾ ਹੈ ਵੀ ਸਰਦਾਰ ਰਣਜੀਤ ਸਿੰਘ ਅਤੇ ਉਹਨਾਂ ਦੇ ਭਰਾ ਸ਼ਾਇਦ ਗੁਰਜੀਤ ਸਿੰਘ ਉਹਨਾਂ ਦਾ ਨਾਂ, ਇੱਥੇ ਆਉਣ 'ਤੇ ਕਲਾਕਾਰਾਂ ਨੂੰ ਬੁੱਕਾ ਭੇਟ ਕਰਨ ਜਾਂ ਹੋਰ ਕਰਨ ਸ਼ਾਇਦ ਤੁਹਾਡੇ ਧਿਆਨ 'ਚ ਹੋਏਗਾ। ਬੜੀ ਸਿੱਧੀ ਸਿੱਧੀ ਜੀ ਪੱਗ ਬੰਨ੍ਹੀ ਹੋਈ ਅਤੇ ਬੜਾ ਸਾਦੇ ਜਿਹੇ ਲਿਬਾਸ ਵਾਲਾ ਆਦਮੀ, ਖੁੱਲ੍ਹੇ ਦਾੜੇ ਵਾਲਾ, ਅਤੇ ਉਹ ਸਾਰੇ ਸੰਗੀਤ ਸੰਮੇਲਨਾਂ ਦਾ ਪਿੱਛੇ ਰਹਿ ਕੇ ਖਰਚ ਸੇਵਾ ਕਰਦੇ ਆ। ਪਹਿਲਾਂ ਹੋਰ ਕਰਦੇ ਸਨ, ਪਰ ਸਤਿਗੁਰੂ ਜਗਜੀਤ ਸਿੰਘ ਦੀ ਯਾਦ ਵਿੱਚ ਹੋਣ ਵਾਲੇ ਸੰਮੇਲਨਾਂ ਦੀ ਉਹ ਸੇਵਾ ਕਰਦੇ ਨੇ। ਉਹ ਬਹੁਤ ਸਾਰੀਆਂ ਹੋਣਗੀਆਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ। ਸਰ ਸਰਵਨ ਸਿੰਘ ਅਫਲੌਰ, ਜਿਨ੍ਹਾਂ ਦਾ ਉਹ ਕਿਹੜਾ ਉਹ ਪਿੰਡ ਹੈ ਜਿੱਥੇ ਫਲੌਰ ਤੋਂ ਅਗਲੇ ਪਾਸੇ ਤੂਰ ਫਾਰਮ ਜਿੱਥੇ ਹੈਗਾ, ਉੱਥੇ ਵਰਨੀ ਵੀ ਚੱਲਦੀ ਆ, ਉਹਨਾਂ ਨਾਲ ਉਹਨਾਂ ਦਾ ਬਹੁਤ ਸਾਰਾ ਸਹਿਯੋਗ ਹੈ। ਅੱਜ ਆਪਾਂ ਉਹਨਾਂ ਦੇ ਜੀਵਨ ਦੀ ਇੱਕ ਕਥਾ ਕਰਾਂਗੇ। ਉਹਨਾਂ ਨੂੰ ਜੇ ਪਰਮੇਸ਼ਰ ਨੇ ਦਿੱਤਾ, ਸਤਿਗੁਰੂ ਜਗਜੀਤ ਸਿੰਘ ਨੇ ਪਿਆਰ ਦਿੱਤਾ, ਮਾਇਆ ਦਿੱਤੀ, ਦਿਲ ਦਿੱਤਾ, ਸਿੱਖੀ ਦਿੱਤੀ, ਤਾਂ ਉਹ ਵੀ ਦਇਆ ਕਰਕੇ ਦਿੱਤੀ। ਇਹ ਦਇਆ ਦਾ ਇੱਕ ਹੀ ਪ੍ਰਮਾਣ ਹੈ। ਜਾ ਤੇਰਾ ਬੰਦਾ, ਜੋ ਸਤਿਗੁਰੂ ਦਾ ਹੋ ਜਾਂਦਾ ਹੈ ਉਸਨੂੰ ਲੋਕ ਪਰਲੋਕ ਦੇ ਸੁੱਖ ਮਿਲ ਜਾਂਦੇ ਹਨ। ਸਤਿਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾ ਤੇਰਾ ਬੰਦਾ। ਜਿਸ ਨੂੰ ਸਤਿਗੁਰੂ ਖੁਸ਼ ਹੋ ਕੇ ਦਾਤ ਬਖਸ਼ਦਾ ਹੈ ਉਸਨੂੰ ਰਾਜ ਭਾਗ ਦੇ ਕੇ ਨਾਲ ਹੀ ਸੰਤੋਖ ਬਖਸ਼ ਦਿੰਦਾ ਹੈ, ਤ੍ਰਿਸ਼ਨਾ ਮਿਟ ਜਾਂਦੀ ਹੈ ਅਤੇ ਗੁਰੂ ਚਰਨਾਂ ਨਾਲ ਮਨ ਦੀ ਪ੍ਰੀਤੀ ਜੁੜ ਜਾਂਦੀ ਹੈ। ਅਜਿਹੇ ਹੀ ਗੁਰੂ ਕਿਰਪਾ ਦੇ ਪਾਤਰ ਹਨ ਸਰਦਾਰ ਰਣਜੀਤ ਸਿੰਘ ਲਸਾੜਾ, ਜਿਨ੍ਹਾਂ ਨੂੰ ਸਤਿਗੁਰੂ ਜਗਜੀਤ ਸਿੰਘ ਨੇ ਸਿੱਖੀ ਵੀ ਬਖਸ਼ੀ, ਸੁੱਖ ਵੀ ਅਤੇ ਰਾਜ ਭਾਗ ਵੀ। ਪੰਜਾਬ ਦਾ ਦੁਆਬਾ ਖਿੱਤਾ ਵਿਦੇਸ਼ਾਂ ਵਿੱਚ ਵਸਿਆ ਹੋਇਆ ਹੈ। ਪਤਾ ਨਹੀਂ ਦੁਆਬੇ ਦੀ ਮਿੱਟੀ ਅਜਿਹੀ ਹੈ ਜਾਂ ਇੱਥੋਂ ਦਾ ਪਾਣੀ। ਜਿਹੜਾ ਵੀ ਇੱਥੋਂ ਦੀ ਮਿੱਟੀ ਵਿੱਚ ਬਚਪਨ ਬਿਤਾਉਂਦਾ ਹੈ ਅਤੇ ਦੁਆਬੇ ਦਾ ਪਾਣੀ ਪੀ ਲੈਂਦਾ ਹੈ, ਉਹ ਫਿਰ ਇੱਥੋਂ ਦੀ ਮਿੱਟੀ ਦਾ ਮੋਹ ਤਿਆਗ ਕੇ ਪਲਾਇਨ ਕਰ ਜਾਂਦਾ ਹੈ। ਇਹ ਪਲਾਇਨ ਭਾਵੇਂ ਭਾਰਤ ਦੇ ਦੂਸਰੇ ਸੂਬਿਆਂ ਦਾ ਹੋਵੇ, ਤਰਾਈ ਦੇ ਖੇਤਰ ਦਾ, ਯੂਰਪ ਦੇ ਦੇਸ਼ਾਂ ਦਾ, ਜਾਂ ਦੇ ਸਰਹੱਦਿਆਂ ਵੱਲ ਦਸਿੰਦੇ ਅਮਰੀਕਾ ਅਤੇ ਕੈਨੇਡਾ ਦਾ, ਅਤੇ ਉਹ ਵੀ 20ਵੀਂ ਸਦੀ ਦੇ 8ਵੇਂ ਦਹਾਕੇ ਕਿਸੇ ਏਜੰਟ ਨੂੰ ਦੇ ਦਵਾ ਜਹਾਜ਼ ਦਾ ਟਿਕਟ ਲੈ ਅਣਮਿੱਥੇ ਅਣਚਿਤਵੇ ਪੜਾਓ ਵੱਲ ਪ੍ਰਸਥਾਨ ਕਰ ਗਿਆ। ਜਿੱਥੇ ਉਸਦਾ ਜਹਾਜ਼ ਖਾਲੀ ਹੋਇਆ, ਇਹ ਯੂਰਪ ਦਾ ਦੇਸ਼ ਜਰਮਨੀ ਸੀ। ਭਾਵੇਂ ਉਸਨੂੰ ਭੇਜਣ ਵਾਲੇ ਏਜੰਟ ਨੇ ਉਸ ਲਈ ਰੰਗੀਨ ਸੁਪਨੇ ਸਿਰਜ ਕੇ ਇੱਕ ਸੁਪਨ ਸੰਸਾਰ ਦਾ ਖਾਕਾ ਉਸਦੇ ਮਨ ਮਸਤਕ 'ਤੇ ਚਿੱਤਰ ਦਿੱਤਾ ਸੀ, ਪਰ ਜਿਹੋ ਜਿਹੇ ਦੱਸੇ ਸੁਪਨਿਆਂ ਦਾ ਕਿਆਸ ਲੈ ਕੇ ਉਹ ਇਸ ਬੇਗਾਨੇ ਦੇਸ਼ ਵਿੱਚ ਆਇਆ ਸੀ, ਉਹ ਸੁਖਨ ਸੰਸਾਰ ਇੱਕ ਮ੍ਰਿਗ ਤ੍ਰਿਸ਼ਨਾ ਹੀ ਸੀ, ਯਥਾਰਥ ਨਹੀਂ। ਰੋਟੀ ਰੋਜ਼ੀ ਲਈ ਜੋ ਕੰਮ ਲੱਭਾ, ਔਖਾ, ਸੁਖਾਲਾ, ਭਾਰਾ, ਹਲਕਾ, ਕੀਤਾ। ਜਿਵੇਂ ਕਿਵੇਂ 2-3 ਸਾਲ ਗੁਜ਼ਰੇ, ਮਨ ਉਚਾਟ ਹੋ ਗਿਆ। ਮਲਕਾ ਦੇ ਮੁਲਕ ਬਾਰੇ ਬੜਾ ਸੁਣ ਰੱਖਿਆ ਸੀ, ਜਿਵੇਂ ਕਿਵੇਂ ਹੀਲਾ ਵਸੀਲਾ ਬਣਿਆ। ਇਹ ਵੀ ਇੰਗਲੈਂਡ ਆ ਗਿਆ ਸਨ 1980 ਵਿੱਚ। ਹਾਲਤ ਇੱਥੇ ਵੀ ਹੋਈ ਸੀ ਜਿਹੋ ਜਿਹੇ ਜਰਮਨ ਵਿੱਚ। ਅਕਸਰ ਬਾਹਰਲੇ ਮੁਲਕਾਂ ਵਿੱਚ ਕੱਚੇ ਪ੍ਰਵਾਸੀਆਂ ਦੀ ਕਿਰਤ ਦਾ ਸ਼ੋਸ਼ਣ ਹੀ ਕੀਤਾ ਜਾਂਦਾ ਹੈ, ਮਾਲਕ ਬੇਸ਼ੱਕ ਗੋਰਾ, ਚਿੱਟਾ ਜਾਂ ਜਿਹੋ ਜਿਹਾ ਵੀ ਹੋਵੇ। ਇੱਕ ਦਿਨ ਵਿਹਲੇ ਪਲਾਂ ਵਿੱਚ ਇੰਗਲੈਂਡ ਦੇ ਸ਼ਹਿਰ ਡਰਬੀ ਦੀ ਲਾਇਬ੍ਰੇਰੀ ਵਿੱਚ ਬੈਠਾ, ਆਪਣੇ ਬੇਰੰਗ ਪਲਾਂ ਨੂੰ ਰੰਗੀਨ ਬਣਾਉਣ ਦੇ ਸੁਪਨੇ ਸਮੋਈ ਵੱਖ ਵੱਖ ਅਖਬਾਰਾਂ ਦੇ ਪੰਨੇ ਪਰਤ ਰਿਹਾ ਸੀ। ਸੁਭਾਵਿਕ, ਪੰਜਾਬੀ ਦਾ ਪੇਪਰ ਦੇਸ ਪ੍ਰਦੇਸ ਹੱਥ ਲੱਗਾ। ਪੰਨੇ ਪਰਤੇ ਤਾਂ ਇੱਕ ਪੰਨੇ 'ਤੇ ਸਤਿਗੁਰੂ ਜਗਜੀਤ ਸਿੰਘ ਜੀ ਦੀ ਤਸਵੀਰ ਛਪੀ ਵੇਖੀ। ਇੱਕਦਮ ਅੱਖਾਂ ਅੱਗੇ ਚਮਕ ਆ ਗਈ। ਅਖਬਾਰ ਦਾ ਫੋਨ ਨੰਬਰ ਨੋਟ ਕੀਤਾ ਅਤੇ ਲਾਇਬ੍ਰੇਰੀ ਤੋਂ ਬਾਹਰ ਆ ਟੈਲੀਫੋਨ ਬੂਥ ਤੋਂ ਅਖਬਾਰ ਦੇ ਆਫਿਸ ਦਾ ਫੋਨ ਮਿਲਾਇਆ। ਸਤਿਗੁਰੂ ਜਗਜੀਤ ਸਿੰਘ ਜੀ ਬਾਰੇ ਪਤਾ ਕੀਤਾ।
ਅਖਬਾਰ ਵਾਲਿਆਂ ਦੱਸਿਆ ਕਿ ਇਹ ਤਸਵੀਰ ਅਤੇ ਉਹਨਾਂ ਦੇ ਪ੍ਰੈਸ ਫੋਟੋਗ੍ਰਾਫਰ ਨੇ ਹੀਥਰੋ ਏਅਰਪੋਰਟ 'ਤੇ ਲਈ ਸੀ। ਹੋਰ ਸਾਨੂੰ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ। ਅਗਸਤ 1980 ਵਿੱਚ ਅੱਧੀ ਛੱਡ ਪੂਰੀ ਦੀ ਭਾਲ ਵਿੱਚ ਉਡਾਨ ਭਰੀ ਅਤੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਆ ਲੱਗਾ। ਇਮੀਗ੍ਰੇਸ਼ਨ ਚੈੱਕ ਤੋਂ ਬਾਹਰ ਆ ਕੇ ਆਪਣੇ ਇੱਕੋ ਇੱਕ ਸਾਥੀ ਬੈਗ ਨੂੰ ਢੂੰਡਣ ਲੱਗਾ, ਬੈਗ ਉਹਦਾ ਕੱਪੜਿਆਂ ਵਾਲਾ। ਪਰ ਪਤਾ ਨਹੀਂ ਕਿਉਂ ਇਹ ਬੈਗ ਉਸ ਨਾਲ ਸਾਥ ਨਿਭਾਉਣੋਂ ਮੁਨਕਰ ਹੋ ਕਿਤੇ ਪਿਛਲੇ ਪੜਾਓ 'ਤੇ ਹੀ ਛੁੱਪ ਬੈਠਾ ਸੀ। ਏਅਰਲਾਈਨ ਦੇ ਆਫਿਸ ਤੋਂ ਪਤਾ ਕੀਤਾ, ਉਹਨਾਂ ਆਪਣਾ ਰਿਕਾਰਡ ਅਤੇ ਪੇਪਰ ਚੈੱਕ ਕਰਕੇ ਦੱਸਿਆ ਕਿ ਤੁਹਾਡਾ ਬੈਗ ਅਗਲੀ ਫਲਾਈਟ 'ਤੇ ਕੱਲ੍ਹ ਆਵੇਗਾ। ਉਸ ਨੂੰ ਨਹੀਂ ਸੀ ਪਤਾ ਕਿ ਬੈਗ ਉਸਦਾ ਸਾਥ ਦੇਣ ਤੋਂ ਮੁਨਕਰ ਹੋਇਆ ਸੀ ਜਾਂ ਉਸਦੀ ਕਿਸਮਤ ਦਾ ਤਾਲਾ ਖੋਲ੍ਹਣ ਲਈ ਕੋਈ ਰੇਖ ਵਿੱਚ ਮੇਖ ਮਾਰਨ ਆ ਰਿਹਾ ਸੀ। ਪਿਛਲੇ ਸਾਢੇ ਤਿੰਨ ਸਾਲਾਂ ਦੀ ਕੀਤੀ ਹੱਡ ਭੰਨਵੀਂ ਮਿਹਨਤ, ਪਰਿਵਾਰ ਤੋਂ ਦੂਰ ਦਰਾਜ ਸੱਤ ਸਮੁੰਦਰੋਂ ਪਾਰ ਸੰਗ ਸਾਥ ਤੋਂ ਵਾਂਝਾ, ਉਹ ਬੜੀਆਂ ਅਲਬ ਲਲੀਆਂ ਕਰ ਬੈਠਾ ਸੀ। ਸਿਰ ਦੇ ਕੇਸ ਅਤੇ ਦਾੜ੍ਹੀ ਵੀ ਮਨਵਾ ਲਏ, ਮਾਸ ਸ਼ਰਾਬ ਦਾ ਸੇਵਨ ਵੀ ਕਰਨ ਲੱਗ ਪਿਆ। ਅੱਲੜ ਉਮਰ, ਫਿਰ ਇਕੱਲਾ, ਪਤਾ ਨਹੀਂ ਕਿਹੋ ਜਿਹੇ ਬੰਦਿਆਂ ਨਾਲ ਵਾਹ ਪੈਂਦਾ। ਜਿਸ ਵਾਕਫਕਾਰ ਕੋਲ ਉਹ ਕੈਨੇਡਾ ਆਇਆ ਸੀ ਉਸਨੇ ਇਸ ਨੂੰ ਜੀਓ ਆਇਆਂ ਅਤੇ ਕਿਹਾ, ਪਰ ਮੱਥਾ ਸੰਗੋੜਦਿਆਂ ਉਸਨੂੰ ਪਤਾ ਚੱਲ ਗਿਆ ਸੀ ਕਿ ਬੇਗਾਨੇ ਮੁਲਕਾਂ ਵਿੱਚ ਬੰਦੇ ਨੂੰ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਇਹ ਹੁਣ ਉਸਦਾ ਤਜਰਬਾ ਹੋ ਚੁੱਕਾ ਸੀ। ਜਿਵੇਂ ਕਿਵੇਂ ਉਸ ਰਾਤ ਕੱਟੀ, ਸਵੇਰੇ ਉੱਠ ਨਾਸ਼ਤਾ ਕੀਤਾ ਅਤੇ ਟੋਰਾਂਟੋ ਏਅਰਪੋਰਟ ਦਾ ਰਸਤਾ ਲਿਆ। ਰਾਹਾਂ ਤੋਂ ਨਾ ਵਾਕਫ ਬੱਸਾਂ ਵਿੱਚ ਚੱਕਰ ਲਗਾਉਂਦਾ ਰਿਹਾ, ਏਅਰਪੋਰਟ ਸਟਾਪਿਸ ਲੰਘ ਮੁੜ ਪਹਿਲੇ ਮੁਕਾਮ 'ਤੇ ਹੀ ਪਹੁੰਚ ਗਿਆ। ਸ਼ਾਇਦ ਉਸਦਾ ਲੇਟ ਹੋਣਾ ਵੀ ਇੱਕ ਮੌਕਾ ਮਿਲ ਹੀ ਸੀ ਚੰਗੇ ਮੌਕੇ ਨੂੰ ਮਿਲਣ ਲਈ। ਉਸ ਟੈਕਸੀ ਲਈ ਅਤੇ ਏਅਰਪੋਰਟ ਪਹੁੰਚਿਆ। ਇੱਕ ਬੱਸਾਂ ਵਿੱਚ ਘੁੰਮਦੇ ਫਿਰਾਉਂਦਿਆਂ ਖੱਜਲ ਖੁਆਰੀ ਦੂਸਰੇ ਆਪਣੇ ਸਮਾਨ ਦੇ ਫਿਕਰ ਨੇ ਉਸਨੂੰ ਡਾਢਾ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਸੀ। ਖੈਰ, ਉਹ ਏਅਰਲਾਈਨ ਦੇ ਆਫਿਸ ਪਹੁੰਚਿਆ ਅਤੇ ਆਪਣੀ ਪਹਿਚਾਣ ਅਤੇ ਗੁੰਮਸ਼ੁਦੀ ਦਾ ਵਾਊਚਰ ਵਿਖਾਲ ਆਪਣਾ ਬੈਗ ਲੈਂਦਿਆਂ ਰੱਬ ਦਾ 100-100 ਸ਼ੁਕਰ ਕੀਤਾ। ਸੁਭਾਵਿਕ ਉਸਦੀ ਨਿਗਾਹ ਏਅਰਪੋਰਟ ਦੇ ਅਰਾਈਵਲ ਲਾਂਜ ਅੰਦਰ ਇਕੱਠੇ ਹੋਏ ਨਾਮਧਾਰੀ ਸਿੰਘਾਂ 'ਤੇ ਪਈ। ਉਸ ਪੁੱਛਿਆ, ਕਿਵੇਂ ਖੜ੍ਹੇ ਹੋ? ਜਵਾਬ ਸੀ, ਸਤਿਗੁਰੂ ਜਗਜੀਤ ਸਿੰਘ ਜੀ ਵੈਨਕੂਵਰ ਤੋਂ ਆ ਰਹੇ ਹਨ। ਉਹ ਪਲ ਦੋ ਪਲ ਉਸ ਐਕਸੀਲੇਟਰ ਦੇ ਸਾਹਮਣੇ ਖਲੋਤਾ ਜਿਸ 'ਤੇ ਸਤਿਗੁਰੂ ਜਗਜੀਤ ਸਿੰਘ ਨੇ ਏਅਰਪੋਰਟ ਦੀ ਉੱਪਰਲੀ ਮੰਜ਼ਿਲ ਤੋਂ ਨੀਚੇ ਗਰਾਊਂਡ ਫਲੋਰ 'ਤੇ ਆਉਣਾ ਸੀ। ਪਰ ਨੱਠ ਭਾਈ ਦੀ ਥਕਾਵਟ, ਦੂਸਰੇ ਪਿਆਸ ਨੇ ਉਸਦੇ ਸਾਹ ਸੁਕਾਏ ਹੋਏ ਸਨ। ਭੱਜ ਕੇ ਉਹ ਏਅਰਪੋਰਟ ਦੇ ਅੰਦਰ ਹੀ ਡਰਿੰਕ ਦੀ ਦੁਕਾਨ 'ਤੇ ਗਿਆ ਅਤੇ 2-3 ਬੀਅਰ ਦੇ ਕੇਨ ਸੜਕ ਗਿਆ। ਮੁਸਕਾਨਾ ਵੰਡਦੇ ਸਤਿਗੁਰੂ ਜਗਜੀਤ ਸਿੰਘ ਜੀ ਐਕਸੀਲੇਟਰ ਰਾਹੀਂ ਗਰਾਊਂਡ ਫਲੋਰ 'ਤੇ ਆਣ ਉਤਰੇ। ਸੰਗਤ ਨੇ ਸਤਿਗੁਰੂ ਜੀ ਦੇ ਚਰਨ ਪਰਸੇ ਇਸ ਨੇ ਵੀ ਮੱਥਾ ਟੇਕਿਆ। ਉੱਚਾ, ਲੰਬਾ, ਸੋਹਣਾ, ਸੁਨੱਖਾ, ਭਾਵੇਂ ਦਾੜ੍ਹੀ ਕੇਸ ਰਹਿ ਸੀ, ਪਰ ਜਿਵੇਂ ਹਜ਼ੂਰ ਇਸ ਨੂੰ ਵੇਖ ਵਾਚ ਰਹੇ ਸਨ, ਜਾਪਦਾ ਸੀ ਜ਼ਰੂਰ ਕੋਈ ਬਚਨ ਸਾਂਝਾ ਕਰਨਗੇ। ਡੋਲਿਓ ਫੜ ਪਾਤਸ਼ਾਹ ਜੀ ਪੁੱਛਿਆ, ਕਿਹੜੇ ਥਾਂ ਤੋਂ? ਜੀ ਲਸਾੜੇ ਤੋਂ। ਤੇਰਾ ਨਾਮ? ਜੀ ਰਣਜੀਤ ਸਿੰਘ। ਕਿਸਦਾ ਪੁੱਤਰ ਹੈ? ਜੀ ਸਰਦਾਰ ਹਰੀ ਸਿੰਘ ਦਾ। ਪਤਾ ਨਹੀਂ ਪਾਤਸ਼ਾਹ ਜੀ ਨੇ ਕਿਸੇ ਨੂੰ ਕਿਹਾ ਜਾਂ ਇਸ਼ਾਰਾ ਕੀਤਾ ਹੈ ਕਿ ਨਾਮਧਾਰੀ ਸਿੰਘ ਰਣਜੀਤ ਸਿੰਘ ਦਾ ਹੱਥ ਫੜ ਆਪਣੀ ਗੱਡੀ ਵੱਲ ਲੈ ਤੁਰਿਆ। ਗੱਡੀਆਂ ਸਤਿਗੁਰੂ ਜਗਜੀਤ ਸਿੰਘ ਦੇ ਡੇਰੇ ਪਹੁੰਚੀਆਂ, ਪਰ ਸਤਿਗੁਰੂ ਜੀ ਘਰ ਦੇ ਬਾਹਰ ਹੀ ਰੁਕੇ ਹੋਏ ਸਨ। ਰਣਜੀਤ ਸਿੰਘ ਗੱਡੀ 'ਚੋਂ ਉਤਰਿਆ। ਪਾਤਸ਼ਾਹ ਜੀ ਇਸ ਦੇ ਮੋਢੇ 'ਤੇ ਹੱਥ ਰੱਖ ਸਾਰਿਆਂ ਤੋਂ ਇੱਕ ਪਾਸੇ ਲੈ ਤੁਰੇ। ਮਾਸ, ਸ਼ਰਾਬ, ਅੰਡਾ ਨਹੀਂ ਵਰਤਣਾ। ਫਿਰ ਬਚਨ ਕੀਤਾ, ਚਾਹ ਵੀ ਨਹੀਂ। ਰਣਜੀਤ ਸਿੰਘ ਨੇ ਅੰਦਰ ਉੱਠਦੇ ਸਵਾਲ ਨੂੰ ਪਹਿਲੋਂ ਹੀ ਦਬੋਚ ਲਿਆ। ਜੇ ਚਿੱਤ ਕਰੇ ਖਾਣ ਪੀਣ ਨੂੰ
ਪਹਿਲਾਂ ਮੈਨੂੰ ਚਿੱਠੀ ਲਿਖੋ। ਤਕਰੀਬਨ 15 ਕੁ ਦਿਨ ਪਾਤਸ਼ਾਹੀ ਨੇ ਟੋਰਾਂਟੋ ਦੀਆਂ ਨਾਮਧਾਰੀ ਸੰਗਤਾਂ ਨੂੰ ਦਰਸ਼ਨ ਦਿੱਤੇ। ਰਣਜੀਤ ਸਿੰਘ ਦਾ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਨਾਲ ਪਿਆਰ ਗਹਿਰਾ ਹੁੰਦਾ ਗਿਆ। ਪਾਤਸ਼ਾਹੀ ਦੇ ਚਲੇ ਜਾਣ ਤੋਂ ਬਾਅਦ ਰਣਜੀਤ ਸਿੰਘ ਹੋਰ 15-20 ਦਿਨ ਇੱਥੇ ਰੁਕਿਆ ਅਤੇ ਇੰਗਲੈਂਡ ਜਾਣ ਦੀ ਤਿਆਰੀ ਕਰ ਲਈ। 1981 ਵਿੱਚ ਇੰਗਲੈਂਡ ਵਿੱਚ ਹੀ ਰਣਜੀਤ ਸਿੰਘ ਦਾ ਸ਼੍ਰੀਮਤੀ ਸਰੋਜ ਕੁਮਾਰੀ ਨਾਲ ਵਿਆਹ ਹੋ ਗਿਆ। ਦੋਹਾਂ ਰਲ ਗ੍ਰਹਿਸ ਦੀ ਗੱਡੀ ਚਲਾਉਣ ਲਈ ਕਾਰ ਵਿਹਾਰ ਸ਼ੁਰੂ ਕਰ ਲਿਆ। 1984 ਵਿੱਚ ਬਰਮਿੰਘਮ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿੱਚ ਨਾਮਧਾਰੀ ਹੋਲਾ ਮਹੱਲਾ ਹੋਇਆ। ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ, ਕਥਾ ਕੀਰਤਨ ਸੁਣਦਿਆਂ, ਸਾਧ ਸੰਗਤ ਦੀ ਸੇਵਾ ਕਰਦਿਆਂ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਹੋਰ ਪੀੜੀ ਹੋ ਗਈ। 1990 ਈਸਵੀ ਵਿੱਚ ਬਹੁਤ ਦੇਰ ਬਾਅਦ ਰਣਜੀਤ ਸਿੰਘ ਭਾਰਤ ਪਰਤਿਆ। ਘਰ ਪਰਿਵਾਰ ਨੂੰ ਮਿਲ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਕਰਨ ਲਈ ਸ੍ਰੀ ਭੈਣੀ ਸਾਹਿਬ ਗਿਆ, ਜਿੱਥੇ ਰਣਜੀਤ ਸਿੰਘ ਦੀ ਜ਼ਿੰਦਗੀ ਨੇ ਵੱਡਾ ਪਲਟਾ ਲਿਆ। ਘਟਨਾ ਇੰਜ ਵਾਪਰੀ, ਜਿਉਂ ਹੀ ਰਣਜੀਤ ਸਿੰਘ ਸ੍ਰੀ ਭੈਣੀ ਸਾਹਿਬ ਪਹੁੰਚਾ, ਵੱਡੇ ਲੰਗਰ ਦੇ ਗੇਟ ਸਾਹਮਣੇ ਮਾਤਾ ਚੰਦ ਕੌਰ ਜੀ ਦੇ ਦਰਸ਼ਨ ਹੋਏ। ਰਣਜੀਤ ਸਿੰਘ ਨੇ ਮੱਥਾ ਟੇਕਿਆ, ਮਾਤਾ ਜੀ ਨੇ ਪਰਿਵਾਰ ਦੀ ਰਾਜੀ ਖੁਸ਼ੀ ਪੁੱਛੀ ਅਤੇ ਸਾਹਮਣੇ ਲੱਗੇ ਸ਼ਾਮਿਆਨੇ ਵੱਲ ਇਸ਼ਾਰਾ ਕਰਦਿਆਂ ਬਚਨ ਕੀਤਾ ਕਿ ਪਾਤਸ਼ਾਹ ਜੀ ਉੱਥੇ ਕਿਸੇ ਦੇ ਭੋਗ 'ਤੇ ਦਰਸ਼ਨ ਦੇ ਰਹੇ ਹਨ, ਜਾਓ ਪਹਿਲਾਂ ਜਾ ਕੇ ਮੱਥਾ ਟੇਕ ਆਓ। ਸਤਿਗੁਰੂ ਜੀ ਮੰਚ 'ਤੇ ਸੁਸ਼ੋਭਿਤ ਸਨ, 9ਵੇਂ ਮਹੱਲੇ ਦੇ ਸਲੋਕ ਪੜ੍ਹੇ ਜਾ ਰਹੇ ਸਨ। ਰਣਜੀਤ ਸਿੰਘ ਦੇ ਸਿਰ 'ਤੇ ਡੱਬੀਆਂ ਵਾਲਾ ਪਰਨਾ ਲਪੇਟਿਆ ਹੋਇਆ ਸੀ। ਹੱਥ ਜੋੜ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਅਤੇ ਪੰਡਾਲ ਵਿੱਚ ਸਜੀ ਸੰਗਤ ਦੇ ਪਿੱਛੇ ਜਾ ਕੇ ਬੈਠ ਗਿਆ। ਅਰਦਾਸ ਹੋਈ, ਉਪਰੰਤ ਜਿਸ ਬਿਰਧ ਦਾ ਅੱਜ ਭੋਗ ਪਿਆ ਸੀ ਉਸਦਾ ਵੱਡਾ ਪੁੱਤਰ ਸਤਿਗੁਰੂ ਜੀ ਦੇ ਆਸਣ ਅੱਗੇ ਮੱਥਾ ਟੇਕ ਆਣ ਬੈਠਾ ਅਤੇ ਆਪਣੇ ਸਿਰ ਤੋਂ ਇੱਕ ਇੱਕ ਪੇਚ ਕਰਕੇ ਦਸਤਾਰ ਖੋਲ੍ਹਣ ਲੱਗਾ। ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਨਾਲ ਦਸਤਾਰ ਚੁਣ ਕੇ ਉਸਦੇ ਸਿਰ 'ਤੇ ਸਜਾਉਣੀ ਸ਼ੁਰੂ ਕੀਤੀ। ਰਣਜੀਤ ਸਿੰਘ ਦੇ ਮਨ ਮਸਤਕ ਵਿੱਚ ਵਿਚਾਰ ਚੱਲ ਰਹੇ ਸਨ ਕਿ ਜੇ ਸੱਚੇ ਪਾਤਸ਼ਾਹ ਮੇਰੇ ਸਿਰ 'ਤੇ ਵੀ ਆਪਣੇ ਹਸਤ ਕਮਲਾਂ ਨਾਲ ਦਸਤਾਰ ਸਜਾ ਦੇਣ ਤਾਂ ਮੈਂ ਵੀ ਅੱਜ ਤੋਂ ਬਾਅਦ ਦਸਤਾਰ ਸਜਾਇਆ ਕਰਾਂਗਾ। ਇਹ ਇਹਨਾਂ ਵਿਚਾਰਾਂ ਵਿੱਚ ਗੁਆਚਿਆ ਹੋਇਆ ਸੀ ਕਿ ਕਿਸੇ ਨੇ ਆ ਕੇ ਇਹਦੇ ਮੋਢੇ 'ਤੇ ਹੱਥ ਰੱਖਿਆ ਅਤੇ ਪੁੱਛਿਆ, ਤੁਹਾਡਾ ਨਾਮ ਰਣਜੀਤ ਸਿੰਘ ਹੈ? ਹਾਂਜੀ। ਤੁਹਾਨੂੰ ਪਾਤਸ਼ਾਹ ਜੀ ਨੇ ਬੁਲਾਇਆ ਹੈ? ਰਣਜੀਤ ਸਿੰਘ ਮੰਚ 'ਤੇ ਬਿਰਾਜਮਾਨ, ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਹੱਥ ਜੋੜ ਖਲੋ ਗਿਆ। ਪਾਤਸ਼ਾਹ ਜੀ ਨੇ ਬੈਠਣ ਦਾ ਇਸ਼ਾਰਾ ਕੀਤਾ। ਹਜ਼ੂਰ ਨੇ ਸਫੈਦ ਦਸਤਾਰ ਆਪਣੇ ਹਸਤਕਮਲਾਂ ਨਾਲ ਚੁਣੀ ਅਤੇ ਆਸਣ 'ਤੇ ਇੱਕ ਪਾਸੇ ਰੱਖ ਰਣਜੀਤ ਸਿੰਘ ਦੇ ਸਿਰ 'ਤੇ ਬੱਧਾ ਸਾਫਾ ਇੱਕ ਇੱਕ ਪੇਚ ਕਰਕੇ ਉਤਾਰਿਆ ਅਤੇ ਆਪਣੇ ਹਸਤਕਮਲਾਂ ਨਾਲ ਚਿੱਟੀ ਦਸਤਾਰ ਇੱਕ ਇੱਕ ਪੇਚ ਕਰ ਸਜਾ ਦਿੱਤੀ। ਇਸ ਨੂੰ ਇਤਫਾਕ ਕਹਿ ਲਓ, ਅੰਤਰਜਾਮਤਾ ਜਾਂ ਕਰਾਮਾਤ, ਜੋ ਵਿਚਾਰ ਸ੍ਰੀ ਭੈਣੀ ਸਾਹਿਬ ਦੀ ਜੂਹ ਵਿੱਚ ਆਉਣ 'ਤੇ ਰਣਜੀਤ ਸਿੰਘ ਦੇ ਮਨ ਮਸਤਕ 'ਚ ਆਏ ਉਹ ਵਿਚਾਰ ਉਸਦੇ ਸਾਹਮਣੇ ਹੀ ਪ੍ਰਤੱਖ ਸਜੀਵ ਹੋ ਗਏ ਸਨ। ਰਣਜੀਤ ਸਿੰਘ ਸਤਿਗੁਰੂ ਰਾਮ ਸਿੰਘ ਦਾ ਸਦਾ ਵਰਤ ਲੋਹ ਲੰਗਰ ਵਿੱਚ ਗਿਆ ਅਤੇ ਬੜੀ ਸ਼ਰਧਾ ਨਾਲ ਪ੍ਰਸ਼ਾਦਾ ਛਕਿਆ, ਚੁਲਾ ਕਰ ਜਲ ਛਕ ਹੱਥ ਸੁੱਚੇ ਕੀਤੇ ਅਤੇ ਰਾਮਸਰ ਕੋਠੀ ਵੱਲ ਚੱਲ ਪਿਆ। ਸਾਹਮਣੇ ਸਤਿਗੁਰੂ ਜੀ ਦੀ ਕਾਰ ਆਉਂਦੀ ਦਿਸੀ, ਹੱਥ ਜੋੜ ਇੱਕ ਪਾਸੇ ਖਲੋ ਗਿਆ। ਇਸ ਦੇ ਕੋਲ ਆ ਕੇ ਕਾਰ ਰੁਕ ਗਈ। ਪਾਤਸ਼ਾਹ ਜੀ ਨੇ ਬਾਰੀ ਦਾ ਸ਼ੀਸ਼ਾ ਥੱਲੇ ਕੀਤਾ। ਰਣਜੀਤ ਸਿੰਘ ਨੇ ਅੱਗੇ ਹੋ ਕੇ ਹੱਥ ਜੋੜ ਅਰਜ਼ ਕੀਤੀ, ਪਾਤਸ਼ਾਹ ਜੀ ਆਪ ਜੀ ਨੇ ਮੇਰੇ ਸਿਰ 'ਤੇ ਆਪਣੇ ਹੱਥੀਂ ਦਸਤਾਰ ਸਜਾਈ ਹੈ, ਹੁਣ ਕਿਰਪਾ ਕਰਿਓ, ਮੈਨੂੰ ਹਿੰਮਤ ਬਖਸ਼ਿਓ, ਮੈਂ ਇਹ ਬਖਸ਼ਿਸ਼ ਸੰਭਾਲ ਸਕਾਂ। ਪਾਤਸ਼ਾਹ ਜੀ ਨੇ ਮੁਸਕਰਾ ਕੇ ਖੁਸ਼ੀਆਂ ਬਖਸ਼ੀਆਂ। ਕਰਨੀ ਰੱਬ ਦੀ, ਇੱਧਰ ਰਣਜੀਤ ਸਿੰਘ ਦੇ ਮਨ ਵਿੱਚ ਹੋਰ
ਵਿਚਾਰ ਚੱਲ ਪਏ। ਸ਼ਾਇਦ ਉਸ ਦੇ ਨਸੀਬਾਂ ਨੇ ਕਰਵਟ ਬਦਲਣੀ ਸੀ ਅਤੇ ਅੱਜ ਦਾ ਦਿਹਾੜਾ ਉਸ ਲਈ ਅਹਿਮ ਹੋ ਨਿਬੜਨਾ ਸੀ। ਮਨ ਵਿੱਚ ਵਿਚਾਰ ਆਇਆ ਕਿ ਪਾਤਸ਼ਾਹੀ ਜੇ ਆਪਣੇ ਉੱਪਰ ਉੜੀ ਹੋਈ ਚੱਦਰ ਬਖਸ਼ ਦੇਣ ਤਾਂ ਮੈਂ ਧੰਨ ਹੋ ਜਾਵਾਂ। ਉਹੀ ਉਹ ਗੱਲ ਹੋਈ, ਪਾਤਸ਼ਾਹੀ ਨੇ ਆਪਣੇ ਉੱਤੇ ਲਈ ਚਾਦਰ ਲਾਹੀ ਅਤੇ ਰਣਜੀਤ ਸਿੰਘ ਦੇ ਹੱਥ ਫੜਾਉਂਦਿਆਂ ਬਾਰੀ ਦਾ ਸ਼ੀਸ਼ਾ ਬੰਦ ਕਰਨ ਲੱਗੇ ਅਤੇ ਨਾਲ ਹੀ ਬਚਨ ਕੀਤਾ, ਬਹੁਤੇ ਇਮਤਿਹਾਨ ਨਹੀਂ ਲਈਦੇ। ਰਣਜੀਤ ਸਿੰਘ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ, ਪਾਤਸ਼ਾਹੀ ਤਾਂ ਅਗਾਂਹ ਤੁਰ ਗਏ। ਰਣਜੀਤ ਸਿੰਘ ਬੁੱਤ ਬਣਿਆ ਉੱਥੇ ਹੀ ਰਸਤੇ ਦੇ ਇੱਕ ਪਾਸੇ ਖੜ੍ਹਾ ਰਿਹਾ। ਹੁਣ ਉਹ ਕਿਸੇ ਹੋਰ ਦੁਨੀਆਂ ਦਾ ਵਾਸੀ ਸੀ, ਮਨ ਮਸਤਕ ਇਕਾਗਰ, ਅੰਦਰ ਉੱਠਦੇ ਜਵਾਰ ਭਾਟੇ ਸ਼ਾਂਤ, ਜਿਵੇਂ ਮਹਾਂਸਾਗਰਾਂ ਦੀਆਂ ਤਹਿਾਂ ਵਿੱਚ ਬੇਸ਼ਕੀਮਤੀ ਲਾਲ ਰਤਨਾਂ ਦਾ ਖਜ਼ਾਨਾ ਹੋਇਆ ਕਰਦਾ ਹੈ। ਅੱਜ ਰਣਜੀਤ ਸਿੰਘ ਦੇ ਸਿਰ 'ਤੇ ਦਸਤਾਰ ਸਜਾ ਕੇ ਅਤੇ ਆਪਣੀ ਚਾਦਰ ਦੀ ਬਖਸ਼ਿਸ਼ ਕਰਕੇ ਹਜ਼ੂਰ ਨੇ ਰਿੱਧੀਆਂ ਸਿੱਧੀਆਂ ਅਤੇ ਦੁਨਿਆਵੀ ਦੌਲਤਾਂ ਦੇ ਗੁਪਤ ਭੰਡਾਰ ਬਖਸ਼ ਦਿੱਤੇ ਸਨ, ਜਿਸ ਦੀ ਚਾਬੀ ਪਾਤਸ਼ਾਹ ਨੇ ਚੱਦਰ ਦੇ ਵਿੱਚੀ ਰਣਜੀਤ ਸਿੰਘ ਦੇ ਹੱਥੀਂ ਥਮਾ ਦਿੱਤੀ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਪਾਤਸ਼ਾਹੀ ਨੇ ਅਜਿਹੀ ਬਖਸ਼ਿਸ਼ ਕੀਤੀ ਕਿ ਮੇਰੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਇਆ। ਮਾਇਆ ਮੋਲੇ ਧਾਰ ਮੀਂਹ ਵਾਂਗ ਵਰਸਣ ਲੱਗੀ, ਕਿਸੇ ਚੀਜ਼ ਵਸ ਦਾ ਕੋਈ ਘਾਟਾ ਹੀ ਨਾ ਰਿਹਾ। 1995 ਈਸਵੀ ਵਿੱਚ ਰਣਜੀਤ ਸਿੰਘ ਦਾ ਭਾਰਤ ਚੱਕਰ ਲੱਗਾ। ਸ਼੍ਰੀ ਭੈਣੀ ਸਾਹਿਬ ਪਾਤਸ਼ਾਹੀ ਦੇ ਕੋਲ ਕੁਝ ਦਿਨ ਰਿਹਾ। ਇੱਕ ਦਿਨ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਗੱਡੀ ਪੁਰਾਣੀ ਹੋ ਗਈ ਹੈ, ਹੁਣ ਬਦਲਣੀ ਚਾਹੀਦੀ ਹੈ, ਆਗਿਆ ਦਿਓ, ਇਹ ਸੇਵਾ ਮੈਨੂੰ ਬਖਸ਼ੋ। ਪਾਤਸ਼ਾਹੀ ਬਚਨ ਕੀਤਾ, ਰਣਜੀਤ ਸਿੰਘ, ਲੈਂਡ ਰੋਵਰ ਗੱਡੀ ਵੇਖੀ ਪਰ ਆਪਾਂ ਨੂੰ ਸੀਟਾਂ ਲੈਦਰ ਦੀਆਂ ਨਹੀਂ ਚਾਹੀਦੀਆਂ। ਇੰਗਲੈਂਡ ਵਾਪਸ ਜਾ। ਰਣਜੀਤ ਸਿੰਘ ਨੇ ਲੈਂਡ ਰੋਵਰ ਕੰਪਨੀ ਨਾਲ ਸੰਪਰਕ ਕੀਤਾ ਅਤੇ ਮਹੀਨੇ ਕੁ ਬਾਅਦ ਪਾਤਸ਼ਾਹੀ ਨੂੰ ਫੋਨ ਕੀਤਾ ਕਿ ਪਾਤਸ਼ਾਹ ਜੀ, ਜਿਵੇਂ ਆਪ ਦੀ ਰਜ਼ਾ ਹੈ, ਲੈਂਡ ਰੋਵਰ ਗੱਡੀ ਦਾ ਪਤਾ ਕੀਤਾ ਹੈ, ਆਰਡਰ ਕਰਨਾ ਪਏਗਾ, ਆ ਗਿਆ ਹੋਵੇ ਤਾਂ ਮੈਂ ਆਰਡਰ ਕਰ ਦਿਆਂ। ਪਾਤਸ਼ਾਹੀ ਨੇ ਪੁੱਛਿਆ, ਕਿੰਨੇ ਕੁ ਦੀ ਹੈ ਜੀ? 32 ਲੱਖ ਦੀ। ਪਾਤਸ਼ਾਹੀ ਜੀ ਬਚਨ ਕੀਤਾ, ਠੀਕ ਹੈ, ਤੈਨੂੰ ਦੱਸਾਂਗਾ, ਫਿਰ ਆਰਡਰ ਕਰੀ। 3 ਕੁ ਮਹੀਨੇ ਲੰਘੇ, ਇੱਕ ਦਿਨ ਪਾਤਸ਼ਾਹੀ ਦਾ ਰਣਜੀਤ ਸਿੰਘ ਨੂੰ ਫੋਨ ਆਇਆ, ਬਚਨ ਕੀਤਾ, ਰਣਜੀਤ ਸਿੰਘ, ਅਜੇ ਆਪਾਂ ਉਹ ਗੱਡੀ ਨਹੀਂ ਲੈਣੀ, ਕੁਝ ਹੋਰ ਸੋਚਿਆ ਹੈ, 52 ਕੁ ਲੱਖ ਦਾ ਖਰਚਾ ਹੈ, ਤੂੰ ਇਵੇਂ ਕਰੀ, ਨਾਮ ਤੈਨੂੰ ਮੈਂ ਦੱਸ ਦਿਆਂਗਾ, ਤੂੰ 32 ਲੱਖ ਡਰਾਫਟ ਬਣਾ ਕੇ ਭੇਜ ਦੇ। ਰਣਜੀਤ ਸਿੰਘ ਅਰਜ਼ ਕੀਤੀ, ਪਾਤਸ਼ਾਹੀ, ਮੇਰੇ ਕੋਲ 40 ਪਿਆ ਹੈ, ਮੈਂ 40 ਭੇਜ ਦਿੰਦਾ ਹਾਂ। ਪਾਤਸ਼ਾਹੀ ਬਚਨ ਕੀਤਾ, ਠੀਕ ਹੈ। ਜਦੋਂ ਇਹ ਗੱਲਬਾਤ ਹੋਈ, ਰਣਜੀਤ ਸਿੰਘ ਦੀ ਸਪਤਨੀ ਸਰੋਜ ਕੁਮਾਰੀ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ। ਜਦੋਂ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਤਾਂ ਰਣਜੀਤ ਸਿੰਘ ਨੇ ਆਪਣੀ ਪਤਨੀ ਨੂੰ ਪਾਤਸ਼ਾਹੀ ਦੇ ਟੈਲੀਫੋਨ ਬਾਰੇ ਦੱਸਿਆ। ਰਣਜੀਤ ਸਿੰਘ ਦੀ ਪਤਨੀ ਨੇ ਆਖਿਆ, ਮੇਰੀ ਕਾਪੀ 'ਤੇ 12 ਲੱਖ ਪਏ ਹਨ, ਆਪਾਂ ਨੂੰ ਅਜੇ ਕਿਹੜੀ ਲੋੜ ਹੈ ਭੇਜਣੇ ਨੇ? ਤਾਂ ਪੂਰੇ ਹੀ ਭੇਜੋ ਪਾਤਸ਼ਾਹੀ ਨੂੰ। ਰਣਜੀਤ ਸਿੰਘ ਨੇ ਹੁਕਮ ਅਨੁਸਾਰ ਡਰਾਫਟ ਬਣਾ ਕੇ ਆਪਣੇ ਛੋਟੇ ਭਰਾ ਜਰਨੈਲ ਸਿੰਘ ਦੇ ਹੱਥੀਂ ਪਾਤਸ਼ਾਹੀ ਨੂੰ ਭੇਟ ਕਰਨ ਲਈ ਭੇਜਿਆ। ਜਰਨੈਲ ਸਿੰਘ ਸ੍ਰੀ ਭੈਣੀ ਸਾਹਿਬ ਗਿਆ, ਪਾਤਸ਼ਾਹੀ ਦੀ ਕੋਠੀ ਦੇ ਲਾਨ ਵਿੱਚ ਸਿੱਖ ਸੇਵਕਾਂ ਨਾਲ ਬੈਠੇ ਬਚਨ ਬਿਲਾਸ ਕਰ ਰਹੇ ਸਨ। ਜਦੋਂ ਜਰਨੈਲ ਸਿੰਘ ਨੇ ਆਪਣੇ ਵੱਡੇ ਭਰਾ ਵੱਲੋਂ ਭੇਜਿਆ ਲਿਫਾਫਾ ਹਜ਼ੂਰ ਦੇ ਚਰਨਾਂ ਵਿੱਚ ਭੇਟ ਕੀਤਾ ਤਾਂ ਪਾਤਸ਼ਾਹੀ ਨੇ ਜਰਨੈਲ ਸਿੰਘ ਨੂੰ ਕੋਲ ਬਿਠਾਉਂਦਿਆਂ ਸਾਰਿਆਂ ਨੂੰ ਦੱਸਿਆ ਕਿ ਰਣਜੀਤ ਸਿੰਘ 'ਤੇ ਤਾਂ ਸਤਿਗੁਰਾਂ ਦੀ ਕਿਰਪਾ ਹੈ ਹੀ, ਉਸਦੇ ਘਰੋਂ ਬੀਬੀ ਵੀ ਵੱਡੇ ਦਿਲ ਵਾਲੀ ਹੈ, ਆਪਣੀ ਕਾਪੀ 'ਚ ਪਏ ਪੈਸੇ ਕਢਵਾ ਕੇ ਮੈਨੂੰ ਭੇਜ ਦਿੱਤੇ। ਇਹੋ ਜਿਹੇ ਸਿੱਖਾਂ ਨੂੰ ਸਤਿਗੁਰੂ ਮਾਇਆ ਧਨ ਪਦਾਰਥਾਂ ਦੀ ਕੋਈ ਘਾਟ ਨਹੀਂ ਰਹਿਣ ਦਿੰਦਾ। ਇਹ ਬਚਨ ਰਣਜੀਤ ਸਿੰਘ ਲਈ ਸਤਿਗੁਰੂ ਜਗਜੀਤ ਸਿੰਘ ਜੀ ਦਾ ਵਰਦਾਨ ਸਾਬਤ ਹੋਇਆ। ਪਾਤਸ਼ਾਹੀ ਦੀ ਬਖਸ਼ਿਸ਼ ਹੋਈ, ਕਾਰੋਬਾਰ ਵਧਿਆ,
ਵਿੱਚ ਵਿੱਚ ਵੱਡੀਆਂ ਸਮੱਸਿਆਵਾਂ ਵੀ ਆਈਆਂ, ਪਰ ਪਾਤਸ਼ਾਹ ਦੀ ਕਿਰਪਾ ਨਾਲ ਸਭਨਾਂ 'ਚੋਂ ਸੁਰਖਰੂ ਹੋ ਆਪਣੇ ਸਫ਼ਰ ਵੱਲ ਵੱਧਦਾ ਰਿਹਾ। ਰਣਜੀਤ ਸਿੰਘ ਦੇ ਮਨ ਵਿੱਚ ਆਇਆ ਕਿ ਪਾਤਸ਼ਾਹੀ ਦੀ ਸਵਾਰੀ ਲਈ ਦੁਨੀਆ ਦੀ ਕੋਈ ਬਿਹਤਰੀਨ ਗੱਡੀ ਭੇਜੀ ਜਾਵੇ। ਉਸਨੇ ਉਸਦੇ ਸੰਕਲਪ ਵਿੱਚ ਹੋਰ ਸੰਪੰਨ ਨਾਮਧਾਰੀ ਵੀ ਸ਼ਾਮਿਲ ਹੋ ਗਏ। ਵੱਖ ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਬਿਹਤਰੀਨ ਕਾਰਾਂ ਦੀ ਪੁੱਛ ਪੜਤਾਲ ਕੀਤੀ ਗਈ। ਅੰਤ ਸਾਰਿਆਂ ਹੀ ਜਰਮਨ ਦੀ ਮਰਸਰੀ ਕਾਰ ਵਾਲਿਆਂ ਦੀ ਮੇਬੈਕ 'ਤੇ ਸਹਿਮਤੀ ਹੋਈ। ਇਹ ਕਸਟਮ ਮੇਡ ਕਾਰ ਕੰਪਨੀ ਨੇ 3 ਸਾਲ ਬਾਅਦ ਵਾਅਦਾ ਦੇਣ ਦਾ ਕੀਤਾ। ਕੰਪਨੀ ਨੇ ਗੱਡੀ ਤਿਆਰ ਕਰਕੇ ਸਾਰੀ ਇੰਸਪੈਕਸ਼ਨ ਕਰਕੇ ਏਅਰ ਕਾਰਗੋ ਰਾਹੀਂ ਦਿੱਲੀ ਜਾਣ ਵਾਸਤੇ ਏਅਰਪੋਰਟ 'ਤੇ ਭੇਜੀ। ਉੱਧਰ ਰਣਜੀਤ ਸਿੰਘ ਅਤੇ ਤਰਸੇਮ ਲਾਲ ਜੀ ਅਗਰਵਾਲ ਤਨਜ਼ਾਨੀਆ ਵਾਲੇ ਸ੍ਰੀ ਭੈਣੀ ਸਾਹਿਬ 22 ਮਾਰਚ 2005 ਸ੍ਰੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਗਏ। 23 ਮਾਰਚ ਨੂੰ ਗੱਡੀ ਦਿੱਲੀ ਏਅਰਪੋਰਟ ਕਾਰਗੋ 'ਤੇ ਪਹੁੰਚ ਗਈ। ਤਰਸੇਮ ਲਾਲ ਜੀ ਕਸਟਮ ਕਲੀਅਰੈਂਸ ਦਾ ਸਾਰਾ ਕੰਮ ਕਰਵਾਇਆ ਅਤੇ ਮੇਬੈਗ ਗੱਡੀ ਲਿਆ ਕੇ ਦੋਵਾਂ ਨੇ ਗੱਡੀ ਦੀਆਂ ਚਾਬੀਆਂ ਪਾਤਸ਼ਾਹੀ ਦੇ ਚਰਨਾਂ ਵਿੱਚ ਭੇਟ ਕਰ ਕਾਰ ਵਿੱਚ ਸਵਾਰ ਹੋਣ ਲਈ ਬੇਨਤੀ ਕੀਤੀ। ਪਾਤਸ਼ਾਹੀ ਕਾਰ ਵਿੱਚ ਸਵਾਰ ਹੋਏ, ਸਾਰੀ ਗੱਡੀ ਪੂਰੇ ਧਿਆਨ ਨਾਲ ਵੇਖੀ ਅਤੇ ਬਚਨ ਕੀਤਾ, ਐਡੀ ਮਹਿੰਗੀ ਕਾਰ ਦੀ ਕੀ ਜ਼ਰੂਰਤ ਸੀ। ਦੋਵਾਂ ਹੱਥ ਜੋੜ ਲਏ ਅਤੇ ਬੈਰਾਗੀ ਹੋਇਆਂ ਅਰਜ਼ ਕੀਤੀ, ਪਾਤਸ਼ਾਹ ਤੇਰੀਆਂ ਰਹਿਮਤਾਂ ਗਏ, ਇਹ ਚੀਜ਼ਾਂ ਤੁੱਛ ਹਨ, ਮਾਮੂਲੀ ਹਨ। ਪਾਤਸ਼ਾਹੀ ਭਰਪੂਰ ਖੁਸ਼ੀਆਂ ਬਖਸ਼ੀਆਂ। ਸਤਿਗੁਰੂ ਜਗਜੀਤ ਸਿੰਘ ਜੀ ਦੇ ਬ੍ਰਹਮਲੀਨ ਹੋਣ ਉਪਰੰਤ ਰਣਜੀਤ ਸਿੰਘ ਵੈਰਾਗੀ ਰਹਿਣ ਲੱਗਾ। ਰੋਜ਼ ਆਪਣੇ ਨਿੱਤ ਦੇ ਸੁਭਾਅ ਅਨੁਸਾਰ ਤੜਕੇ 1:30 ਵਜੇ ਉੱਠਦਾ ਅਤੇ ਇਸ਼ਨਾਨ ਕਰ ਨਾਮ ਸਿਮਰਨ ਕਰਦਾ। ਇੱਕ ਦਿਨ ਪਾਤਸ਼ਾਹੀ ਦੇ ਦਰਸ਼ਨ ਹੋਏ, ਬਚਨ ਕੀਤਾ, ਰਣਜੀਤ ਸਿੰਘ ਸ੍ਰੀ ਭੈਣੀ ਸਾਹਿਬ ਜਾਇਆ ਕਰ, ਨਾਲ ਹੀ ਬਚਨ ਕੀਤਾ ਨਾਲੇ ਮੇਲਾ ਕਰਵਾ। ਸੱਚਮੁੱਚ ਹੀ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਟ। ਧੰਨ ਸਤਿਗੁਰੂ ਜਗਜੀਤ ਸਿੰਘ।